ਸਿੱਖਾਂ ਦਾ ਜਿਨ੍ਹਾਂ ਨੇ ਅੱਜ ਪ੍ਰਕਾਸ਼ ਸਿੰਘ ਇੰਸਾ ਤੇ ਸੁਖਬੀਰ ਸਿੰਘ ਇੰਸਾ ਦੇ ਵਿਰੋਧ ਦੇ ਵਿੱਚ ਅੱਜ ਦਾ ਜੋ ਇਹ ਕੱਟ ਕਰ ਰਹੇ ਆ ਇਹ ਡੇਰੇ ਵਾਲਿਆਂ ਦੀ ਸ਼ਹਿਰ ਦੇ ਉੱਤੇ ਡੇਰੇ ਵਾਲਿਆਂ ਦੀ ਮਦਦ ਨਾਲ ਕਰ ਰਹੇ ਆ, ਬਲਾਤਕਾਰੀ ਸਾਹ ਦੀ ਮਦਦ ਨਾਲ ਕਰ ਰਹੇ ਆ ਤੇ ਜ਼ਿਆਦਾ ਚੇਲੇ ਆਪਾਂ ਬੱਸਾਂ 'ਚ ਵੇਖ ਰਹੇ ਹਾਂ ਕਿ ਉਹਨਾਂ ਦੇ ਆ ਰਹੇ ਹਨ, ਕੋਈ ਪੱਗਾਂ ਵਾਲਾ ਕੋਈ ਕਿਸੇ ਬੱਸ ਦੇ ਵਿੱਚ ਆਪਾਂ ਨੂੰ ਦਿਖਾਈ ਨਹੀਂ ਦੇ ਰਿਹਾ। ਅੱਜ ਸਾਧ ਸੰਗਤ ਨੇ ਬੜੀ ਵੱਡੀ ਗਿਣਤੀ 'ਚ ਆ ਕੇ ਅਤੇ ਰੋਸ ਪ੍ਰਗਟ ਕੀਤਾ। ਆਪਾਂ ਸਾਰਿਆਂ ਨੇ ਬੜੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕੀਤਾ। ਆਪਣਾ ਕਿਸੇ ਦਾ ਕੋਈ ਗੜਬੜ ਕਰਨ ਦਾ ਇਰਾਦਾ ਨਹੀਂ। ਆਪਣੀ ਮੰਗ ਬੜੀ ਸਪੱਸ਼ਟ ਆ ਕਿ ਪ੍ਰਕਾਸ਼ ਸਿੰਘ ਇੰਸਾ, ਸੁਖਬੀਰ ਸਿੰਘ ਇੰਸਾ ਅਤੇ ਸੁਮੇਸ਼ ਸੈਣੀ ਅਤੇ ਚਿੱਟੇ ਦਾ ਜਿਹੜਾ ਵਪਾਰੀ ਆ ਮਜੀਠਾ, ਇਹਨਾਂ ਚਾਰਾਂ ਨੂੰ ਇਹਨਾਂ ਦੇ ਪਿਤਾ ਜੀ ਕੋਲ ਸਨਾਰੀਆਂ ਜੇਲ੍ਹ ਦੇ ਵਿੱਚ ਭੇਜਿਆ ਜਾਵੇ। ਉਹਨਾਂ 'ਚ ਖਾਲਸਾ ਪੰਥ ਚੈਨ ਨਾਲ ਨਹੀਂ ਬੈਠੇਗਾ। ਇਹਨਾਂ ਚਾਰਾਂ ਨੂੰ ਘੱਟ ਤੋਂ ਘੱਟ ਆਪਦੇ ਪਿਤਾ ਦੇ ਕੋਲ ਜਾਣ। ਹੁਣ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਜਿਵੇਂ ਬਰਗਾੜੀ ਦਾ ਮੋਰਚਾ ਚੱਲ ਰਿਹਾ, ਉੱਥੇ ਸੰਗਤ ਬਹੁਤ ਵੱਡੀ ਗਿਣਤੀ 'ਚ ਰੋਜ਼ਾਨਾ ਜਾਂਦੀ ਹੈ। 15 ਤਰੀਕ ਦੀ ਰੈਲੀ ਦਾ ਵੀ ਸ਼ਾਂਤਮਈ ਢੰਗ ਨਾਲ ਫਰੀਦਕੋਟ ਵੱਡੀ ਗਿਣਤੀ 'ਚ ਪਹੁੰਚ ਕੇ ਆਪਾਂ ਵਿਰੋਧ ਕਰਾਂਗੇ। ਫਿਰ ਸਭ ਦਾ ਧੰਨਵਾਦ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦਾ। ਫਿਰ ਆਪੋ ਆਪਣੇ ਘਰਾਂ ਨੂੰ ਸ਼ਾਂਤਮਈ ਢੰਗ ਨਾਲ ਸਾਰੇ ਚਲੇ ਜਾ ਸਕਦੇ ਹਾਂ, ਹੁਣ ਚਲੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲੇ।